ਕਹਿੰਦੇ ਨੇ ਬੱਚੇ ਜਦੋਂ ਇਸ ਦੁਨੀਆਂ ਤੇ ਆਉਂਦੇ ਨੇ ਤਾਂ ਆਪਣਾ ਕਰਮ ਲੈ ਕੇ ਆਉਂਦੇ ਨੇ ਤੇ ਹੁਣ ਅਜਿਹੀ ਹੀ ਉਦਾਹਰਣ ਸਾਹਮਣੇ ਆਈ ਹੈ ਜਦੋਂ ਇੱਕ ਬੱਚੇ ਨੂੰ ਉਸਦੀ ਮਾਂ ਨੇ ਜੰਮਿਆ ਤੇ ਜਨਮ ਦੇ ਕੁਝ ਘੰਟਿਆਂ ਬਾਅਦ ਹੀ ਬੱਚਾ ਫੈਕਟਰੀ ਦੀ ਕੰਧ ਤੇ ਲਾਵਾਰਸ ਹਾਲਤ ਦੇ ਵਿੱਚ ਮਿਲਿਆ ਤੇ ਹੁਣ ਪਰਮਾਤਮਾ ਨੇ ਇਸ ਮਾਸੂਮ ਨੂੰ ਦੋ ਦੋ ਮਾਵਾਂ ਬਖਸ਼ ਦਿੱਤੀਆਂ ਨੇ। ਪਹਿਲੀ ਉਹ ਜੋ ਬੱਚੇ ਨੂੰ ਚੁੱਕ ਕੇ ਹਸਪਤਾਲ ਲੈ ਕੇ ਆਈ ਅਤੇ ਦੂਜੀ ਇਸਦਾ ਇਲਾਜ ਕਰਨ ਵਾਲੀ ਨਰਸ। ਮਾਮਲਾ ਸਮਰਾਲਾ ਤੋਂ ਸਾਹਮਣੇ ਆਏ ਜਿੱਥੇ ਪਿੰਡ ਛੰਦੜਾ ਦੇ ਕੋਲ ਬਣੀ ਫੈਕਟਰੀ ਦੀ ਕੰਧ ਤੇ ਜਨਮ ਦੇ ਕੁਝ ਘੰਟਿਆਂ ਬਾਅਦ ਹੀ ਇੱਕ ਨਵਜੰਮੇ ਬੱਚੇ ਨੂੰ ਉਸਦੇ ਪਰਿਵਾਰ ਵਾਲੇ ਲਾਵਾਰਸ ਹਾਲਤ ਦੇ ਵਿੱਚ ਛੱਡ ਗਏ। ਜਦੋਂ ਮਾਸੂਮ ਬੱਚੇ ਦੇ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲੋਂ ਲੰਘ ਰਹੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੱਤੀ ਤਾਂ ਔਰਤ ਉਸ ਬੱਚੇ ਕੋਲ ਜਾਂਦੀ ਹੈ ਅਤੇ ਉਸਨੂੰ ਲਾਵਾਰਸ ਹਾਲਤ ਦੇ ਵਿੱਚ ਦੇਖ ਆਪਣੀ ਛਾਤੀ ਦੇ ਨਾਲ ਲਾ ਲੈਂਦੀ ਹੈ ਅਤੇ ਆਲੇ ਦੁਆਲੇ ਉਸ ਬੱਚੇ ਦੇ ਮਾਪਿਆਂ ਨੂੰ ਲੱਭਣ ਲੱਗਦੀ ਹੈ ਪਰ ਉਸਦੇ ਮਾਪੇ ਨਹੀਂ ਲੱਭਦੇ। ਉਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਮਾਸੂਮ ਬੱਚੇ ਨੂੰ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਅਤੇ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦਾ ਨਾੜੂ ਕੱਟਿਆ ਅਤੇ ਉਸਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਹੈ ਕਿ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਤੇ ਇਸਦੀ ਹਾਲਤ ਠੀਕ ਨਹੀਂ ਹੈ ਅਤੇ ਇਸ ਬੱਚੇ ਨੂੰ ਚਾਈਲਡ ਕੇਅਰ ਵਾਰਡ ਦੇ ਵਿੱਚ ਰੱਖਿਆ। ਉੱਥੇ ਇਸ ਹਸਪਤਾਲ ਦੀ ਸਟਾਫ ਨਰਸ ਸਰਬਜੀਤ ਕੌਰ ਇਸ ਬੱਚੇ ਨੂੰ ਦੇਖ ਕੇ ਭਾਵੁਕ ਹੋ ਗਈ ਅਤੇ ਬੱਚੇ ਨੂੰ ਅਡੋਪਟ ਕਰਨ ਦਾ ਫੈਸਲਾ ਲਿਆ। ਸਟਾਫ ਨਰਸ ਸਰਬਜੀਤ ਕੌਰ ਨੇ ਦੱਸਿਆ ਕਿ ਉਸਦੇ ਘਰ ਦੇ ਵਿੱਚ ਕੋਈ ਵੀ ਬੱਚਾ ਨਹੀਂ ਹੈ ਅਤੇ ਕਈ ਸਾਲਾਂ ਤੋਂ ਉਹ ਬੱਚੇ ਦੀ ਖੁਆਇਸ਼ ਲੈ ਕੇ ਜਿੰਦਾ ਨੇ ਅਤੇ ਅੱਜ ਉਹਨਾਂ ਦੀ ਖੁਆਇਸ਼ ਪੂਰੀ ਹੋ ਗਈ ਹੈ ਅਤੇ ਹੁਣ ਸਟਾਫ ਨਰਸ ਨੇ ਕਿਹਾ ਕਿ ਉਹ ਖੁਦ ਬੱਚੇ ਦੀ ਦੇਖਭਾਲ ਕਰੇਗੀ ਅਤੇ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਹ ਹਮਾਰਾ ਉੱਪਰ ਕਰਕਟ ਪਰ ਰੱਖਾ ਥਾ ਬੱਚਾ ਲਪੇਟ ਕੇ ਰੱਖ ਦਿਆ ਥਾ, ਮੈਂ ਬੱਚਾ ਉਠਾ ਲਿਆ ਗੋਦ ਮੇਂ, ਗੋਦ ਮੇਂ ਤਰਸ ਵੀ ਆਇਆ ਪਤਾ ਨਾ ਬੱਚਾ ਕੇ ਤਾਂ ਜਲਨ ਦੇ ਦਿਆ ਮੈਂ ਕਿ ਉਸਕੋ ਪਤਲ ਪਾਲ ਨਹੀਂ ਕੀਆ, ਕਿਸੇ ਕੋ ਪਾਸ ਬਿਜਨਸ ਕਿਆ ਫਾਇਦਾ, ਕਿਸੇ ਕੋ ਦੇ ਦੇਤਾ ਤਾਂ ਪੋਸ ਲੇਤਾ ਪਾਲ ਲੇਤਾ ਆਪਣੇ ਬੱਚੇ ਕੇ, ਤੂੰ ਨਹੀਂ ਪਾਲਤੇ ਮੈਂ ਪਾਲ ਕੇ ਉਸਕੋ ਜ਼ਿੰਦਗੀ ਤਾਂ ਦੇਤਾ। ਦੁਨੀਆ ਲੋਕ ਬੋਲਤਾ ਇਹੀ ਨਾ ਜੇ ਕਿਸੇ ਨੇ ਬੱਚਾ ਵਿਕ ਦਿਆ ਤਾਂ ਫਲਾਣੇ ਆਦਮੀ ਭਈਆ ਰਾਣੀ ਪੋਸ ਲਿਆ ਉਸਕੋ, ਪੋਸ ਪਾਲ ਕੇ ਬਰੇ ਕਰ ਦੀਏ। ਕਿਤਨੇ ਟਾਈਮ ਕਾ ਬੱਚਾ ਹੈ? ਇਹ ਮੇਰੇ ਕੋ ਪਤਾ ਨਹੀਂ ਹੈ, ਮੈਂ ਤਾਂ ਜਾ ਰਹਾ ਥਾ ਨਹਾਨੇ, ਡਿਊਟੀ ਕਾ ਸਮਾਂ ਹੋ ਰਹਾ ਥਾ, ਮੈਂ ਡਿਊਟੀ ਜਾ ਰਹਾ ਥਾ, ਮੇਰਾ ਮੁੰਡਾ ਆ ਰਹਾ ਥਾ ਦਤੂਨ ਤੁਰਕੇ, ਮੈਂ ਕਹਿੰਦੀ ਬੇਟਾ ਦਤੂਨ ਲਿਆ ਦੇ ਮੈਂ ਮੂੰਹ ਧੋ ਕੇ ਤਿਆਰੇ ਹੋ। ਉਹ ਮੇਰਾ ਮੁੰਡਾ ਦੇਖਾ ਬੋਲਤਾ ਮੰਮੀ ਮੈਂ ਉੱਪਰ ਦੇਖਣਾ ਬੱਚਾ ਹੈ, ਤਾਂ ਮੈਂ ਕਹਿੰਦੀ ਚਿਰੇ ਚੁਰੀ ਕਾ ਬੱਚਾ ਹੋਗਾ, ਫਿਰ ਨਾਲ ਮੈਂ ਚਾਰਾ ਮੈਂ ਦੇਖਾ ਜੋ ਵਹਾਂ ਪਰ ਕੱਪੜੇ ਮੈਂ ਬੱਚਾ ਲੱਭ। ਕਿੰਨੀ ਉੱਚਾ ਦਵਾਰ ਥਾ? ਇਹ ਇਤਨਾ ਉੱਚਾ ਹੈ, ਦੇਰ ਉੱਚਾ ਨਾ ਇਹ ਉੱਪਰ ਜੈਸੇ ਕਰਕਟ ਹੈ ਨਾ ਉਸੇ ਹੀ। ਫਿਰ ਆਪ ਬੱਚੇ ਕੋ ਕਹਾਂ ਤੇ ਲੈ ਕੇ ਆਏ ਹੋ? ਮੈਂ ਡਾਇਰੈਕਟ ਲੈ ਕੇ ਗੇਟ ਪੜਾ ਗਿਆ, ਗੇਟ ਵਾਲਾ ਲੋਕੇ ਬੋਲੇ, ਫਿਰ ਬੋਲੇ ਜੇ ਚਲੋ ਹਸਪੀਟਲ ਲੈ ਕੇ ਚਲੋ, ਫਿਰ ਮੈਂ ਹਸਪੀਟਲ ਲੈ ਕੇ ਆਇਆ। ਮੰਗ ਕੀ ਕਰਤੇ ਹੋ? ਕੀ ਮੰਗ ਕਰਤੇ ਹੋ? ਕੀ ਮੰਗ? ਮੈਂ ਤਾਂ ਦੇਖ ਚਿੰਨ ਵੀ ਨਹੀਂ ਰਹਾ ਜੇ ਕਿਸਕੇ ਬੱਚਾ ਹੈ, ਕੌਣ ਕੁਤੀਆ ਛੋੜ ਕੇ ਗਈ ਕੌਣ ਨਹੀਂ, ਹਮ ਲੋਕ ਸੁਤਾ ਪਾ ਰਹਾ ਥਾ, ਅਬ ਛੋੜ ਕੇ ਗਿਆ ਮੈਂ, ਕਿਆ ਕਿਸਕੋ ਬੋਲੂੰ ਜੇ ਅਬ ਉਨ ਲੋਕ ਕਾ ਮਰਜ਼ੀ, ਪੁਲਿਸ ਵਾਲਾ ਕਰਵਾਈ ਕਰ ਸਕਤੇ ਹੈ ਅਚਾਹ ਵੀ ਨਹੀਂ ਕਰ ਸਕਤੇ ਹੈ। ਮੈਂ ਤਾਂ ਦੇਖਾ ਨਹੀਂ ਹੂੰ ਜੇ ਕਿਸਕਾ ਬੱਚਾ ਹੈ ਕਿਸਕਾ, ਮੈਂ ਦੇਖਤਾ ਤਾਂ ਉਹੀ ਨਾ ਝੋਟਾ ਪਕੜ ਕੇ ਮਾਰਤਾ ਉਸਕੋ ਹਰਮਜ਼ਾਦੀ ਕੋ, ਕਿਸੀ ਕੋ ਇੱਜ਼ਤ ਬਾਜ਼ਾਰ ਮੇਂ ਨਹੀਂ ਵਿਕਤਾ ਹੈ, ਵਿਕਤਾ ਹੈ ਬਾਜ਼ਾਰ ਮੇਂ, ਇੱਜ਼ਤ ਨਹੀਂ ਵਿਕਤਾ ਹੈ। ਸੌਦੇ ਖਰੀਦਨੇ ਜਾਤੇ ਹੈ, ਇੱਕ ਵਾਰ ਖਰੀਦਤੇ ਹੈ, ਪਚਾਸਨ ਵੀ ਨਹੀਂ ਖਰੀਦਣਾ ਪੜਤਾ ਹੈ, ਕੱਪੜੇ ਲੇਤੇ ਹੈ ਨਾ ਤਾਂ ਫਟ ਜਾਤਾ ਹੈ ਨਾ, ਪੇਕ ਕਰਕੇ ਦੇਗਾ ਤਾਂ ਉਹ ਕੱਪੜੇ ਬਦਲ ਦੇਗੇ, ਬਾਕੀ ਔਰ ਚੀਜ਼ ਨਹੀਂ ਬਦਲਾ ਸਕਤਾ ਹੈ। ਕੰਜਰੀ ਕੈਸਾ ਆਦਮੀ ਥੀ ਕੈਸਾ ਨਹੀਂ।
मैं लोग देखा भी नहीं, ना ड्यूटी उड्यूटी करके हम लोग सोने वाला आदमी, इतना आधा रात ले पौर रात ले थोड़ी है जागेंगे, जो क्यों बंदा कहाँ जा रहा है, ये कहाँ कर रहा है, कहाँ नहीं। साढ़े को एक तो न्यूबॉर्न बेबी आया 8 महीने का, ते वो उदी केयर मैं की है, ते बहुत ज्यादा लिपड़े है, ऐसी किसी ने अपनी कान पे रखा है, ऐसी का वो कान तो चुक के पिंड वाले जेडे ने वो मेरे को साढ़े को लेके आए ने, ਅਸੀਂ ਉਹਨੂੰ ਕਲੀਨ ਕਰਤਾ, ਕਾਰਡ ਟਾਈਪ ਕੀਤੀ ਆ ਉਹਦੀ, ਅਤੇ ਉਹਦੀ ਸ਼ੋਰਟੀ ਮੈਂ ਲੈਂਦੀ ਹਾਂ, ਮੈਂ ਸਟਾਫ ਹਾਂ, ਸਟਾਫ ਨਰਸ ਹਾਂ, ਅਤੇ ਮੈਨੂੰ ਬੱਚਾ ਚਾਹੀਦਾ, ਇਸ ਕਰਕੇ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਇਲਾਜ ਕਰਾਊਂਗੀ, ਅਤੇ ਮੈਂ ਹੀ ਪੂਰੀਆਂ ਨੈਸੈਸਿਟੀਜ਼ ਦਊਂਗੀ ਉਹਨੂੰ। ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ? ਮੇਰੇ ਮਨ ਦੇ ਵਿੱਚ ਇਮੀਡੀਏਟਲੀ ਆਇਆ ਕਿਉਂਕਿ ਸਾਡੇ ਘਰ 'ਚ ਬੱਚਾ ਨਹੀਂ ਹੈਗਾ ਲਗਭਗ 20 ਸਾਲ ਤੋਂ, ਤੇ ਸਾਨੂੰ ਬਹੁਤ ਜ਼ਰੂਰੀ ਸੀ ਬੱਚੇ ਦੀ, ਅਸੀਂ ਬੱਚਾ ਲੈ ਰਹੇ ਮੈਂ ਲੈ ਡਾਕੂਮੈਂਟ ਵਗੈਰਾ ਫਿਲ ਕਰਕੇ ਕਿਤੇ ਹੋ? ਹਾਂਜੀ, ਪੁਲਿਸ ਨੂੰ ਇਨਫੋਰਮ ਕਰਤਾ ਹੈਗਾ, ਪੁਲਿਸ ਵਾਲੇ ਆਉਣਗੇ, ਮੇਰੇ ਤੋਂ ਡਾਕੂਮੈਂਟ ਜੋ ਵੀ ਹੋਏਗਾ ਬੱਚੇ ਦਾ ਸਾਰਾ ਮੈਂ ਕਰਾਂਗੀ, ਜੇ ਬੱਚੇ ਨੂੰ ਰੈਫਰ ਵੀ ਕਰਤਾ ਹੈ ਮੈਚੋਰ ਬੇਬੀ ਤਾਂ ਮੈਂ ਉਹਨੂੰ ਲੈ ਕੇ ਜਾਵਾਂਗੀ, ਸਾਰੀ ਜ਼ਿੰਮੇਵਾਰੀ ਮੇਰੀ। ਇੱਕ ਸਾਡੇ ਕੋਲ ਸਵੇਰੇ 8:15 ਬੱਚਾ ਲੈ ਕੇ ਆਉਂਦਾ ਗਿਆ, ਕਟਾਣੀ ਦੇ ਰਹਿਣ ਵਾਲੇ ਨੇ ਜਿਹਨਾਂ ਨੇ ਲੈ ਕੇ ਆਉਂਦਾ, ਬੱਚਾ ਨਿਊ ਬੋਰਨ ਬੱਚਾ ਵਾ, ਇਮੈਚਿਓਰ ਆ, ਪ੍ਰੀ ਟਰਮ ਹੈ, ਅਰਾਊਂਡ 8 ਮੰਥਸ ਦਾ ਬੱਚਾ ਲੱਗਦਾ ਵਾ, ਠੀਕ ਹੈ, ਔਰ ਇੱਕ ਤਰ੍ਹਾਂ ਅਨਵਾਂਟਡ ਚਾਈਲਡ ਦਾ ਲਾਈਕ ਏਸ ਹੀ ਹੈ। ਜਿਹਨਾਂ ਨੇ ਲੈ ਕੇ ਆਉਂਦਾ ਉਹਨਾਂ ਨੇ ਇਹ ਦੱਸਿਆ ਕਿ ਬੱਚਾ ਇੱਥੇ ਕੋਈ ਕਟਾਣੀ ਕੋ ਫੈਕਟਰੀ ਆ ਨਾਮ ਧਾਰੀਆਂ ਦੀ, ਉਹ ਫੈਕਟਰੀ ਦੇ ਪਿੱਛੇ ਕੋਈ ਜਿਹੜੇ ਮਾਈਗ੍ਰੈਂਟ ਲੇਬਰ ਉਹਨਾਂ ਦੇ ਰਹਿਣ ਦੇ ਰੈਜੀਡੈਂਟ ਪਲਾਟ ਵਗੈਰਾ ਬਣੇ ਹੋਏ ਆ, ਉੱਥੇ ਕਿਸੇ ਕੰਧ ਦੇ ਉੱਪਰ ਛੱਤ ਦੇ ਬੱਚੇ ਨੂੰ ਇੱਦਾਂ ਹੀ ਛੱਡਿਆ ਹੋਇਆ ਸੀ, ਅਤੇ ਉਹਨਾਂ ਨੇ ਦੇਖਿਆ ਅਤੇ ਉਹ ਸਾਡੇ ਕੋਲ ਲੈ ਕੇ ਆਏ ਆ। ਬੱਚੇ ਦੀ ਕੋਡ ਅਸੀਂ ਕਲੈਂਪ ਕਰਤੀ ਹੈ, ਠੀਕ ਹੈ, ਆਕਸੀਜਨ ਲਗਾ ਦਿੱਤੀ ਹੈ ਇੱਥੇ ਸਾਡੇ, ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਹੈ, ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ, ਅਤੇ ਅਸੀਂ ਇਹਨੂੰ ਅੱਗੇ ਲੁਧਿਆਣੇ ਸਾਡੇ ਸਰਕਾਰੀ ਡਿਸਟ੍ਰਿਕਟ ਹੋਸਪਿਟਲ 'ਚ ਰੈਫਰ ਕਰ ਰਹੇ ਹਾਂ। ਪੁਲਿਸ ਇਨਫੋਰਮੇਸ਼ਨ ਅਸੀਂ ਆਪਦੇ ਵੱਲੋਂ ਭੇਜਤੀ ਆ ਵੀ ਇੱਦਾਂ, ਉਹ ਡਰੋਪ ਕਰਨ ਦੇ ਵੀ ਹਜੇ ਗੱਲ ਚੱਲਦੀ ਹੈ, ਉਹ ਜਦੋਂ ਫਾਈਨਲ ਹੋਵੇ ਉਹ ਵੀ ਦੱਸ ਪਾਉਂਗੇ।